ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਸ਼੍ਰੀ ਖੰਡੂਰ ਸਾਹਿਬ ਵਿਖੇ ਇੱਕ ਜਵਹਰ ਮਲ ਨਾਮੇ ਚੌਧਰੀ ਰਹਿੰਦਾ ਸੀ ਬਹੁਤ ਜ਼ਿਆਦਾ ਸ਼ਰਾਬ ਪੀਣ ਕਰਕੇ ਉਸ ਨੂੰ ਲੋਕ ਮਲੂਕਾ ਸ਼ਰਾਬੀ ਵੀ ਕਹਿੰਦੇ ਸਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਅਗਵਾਈ ਤੇ ਸੋਭਾ ਸੁਣ ਕੇ ਦੂਰ ਨੇੜਿਓਂ ਬਹੁਤ ਸਾਰੀ ਸੰਗਤ ਤੇ ਸੰਤ ਮਹਾਤਮਾ ਗੁਰੂ ਦਰਬਾਰ ਵਿੱਚ ਆਉਣ ਲੱਗੇ ਗੁਰੂ ਦਰਬਾਰ ਦੀ ਝੜਤ ਵੇਖ ਕੇ ਚੌਧਰੀ ਜੋਹਾਰਮਲ ਈਰਖਾ ਕਰਨ ਲੱਗ ਪਿਆ ਉਹ ਨਿੱਤਾਂ ਹੀ ਸੰਗਤਾਂ ਨੂੰ ਤੰਗ ਕਰਦਾ ਤੇ ਕਈ ਵਾਰ ਸ਼ਰਾਬ ਪੀ ਕੇ ਬੋਲ ਕੁਬੋਲ ਵੀ ਬੋਲਦਾ ਇਸ ਸਬੰਧ ਵਿੱਚ ਕਈ ਸਿੱਖਾਂ ਨੇ ਗੁਰੂ ਸਾਹਿਬ ਨੂੰ ਵੀ ਦੱਸਿਆ ਪਰ ਪਾਤਸ਼ਾਹ ਨੇ ਕਿਹਾ ਕੋਈ ਨਹੀਂ ਜੋ ਮਾੜੇ ਕਰਮ ਕਰਦਾ ਹੈ ਉਸ ਦਾ ਫਲ ਆਪ ਹੀ ਪਾ ਲੈਂਦਾ ਤੁਸੀਂ ਉਸ ਵਰਗੇ ਨਹੀਂ ਬੰਨਾ ਉਸ ਵੱਲ ਧਿਆਨ ਨਾ ਦੇਵੋ ਜਿਆਦਾ ਸ਼ਰਾਬ ਪੀਣ ਨਾਲ ਮਲੂਕੇ ਸ਼ਰਾਬੀ ਨੂੰ ਮਿਰਗੀ ਪੈਣ ਲੱਗ ਪਈ। ਇਸ ਬਿਮਾਰੀ ਨੂੰ ਉਸਨੂੰ ਬਹੁਤ ਦੁੱਖੀ ਕੀਤਾ। ਖੰਡੂਰ ਸਾਹਿਬ ਦੇ ਜੋਗੀ ਨੇ ਵੀ ਕਈ ਓੜਪੋੜ ਕਰਲੇ ਪਰ ਮਿਰਗੀ ਨਾ ਹਟੀ। ਸਾਥ ਸਬੰਧੀਆਂ ਤੇ ਪਿੰਡ ਦੇ ਲੋਕਾਂ ਨੇ ਉਸਨੂੰ ਸਮਝਾਇਆ ਕਿ ਗੁਰੂ ਨਿੰਦियां ਛੱਡ ਕੇ ਗੁਰੂ ਪਾਤਸ਼ਾਹ ਜੀ ਦੇ ਪਾਤਸ਼ਾਹ ਦੇ ਚਰਨੀ ਲੱਗ ਜਾ। ਸਭ ਦੁੱਖ ਦੂਰ ਹੋ ਜਾਣਗੇ। ਲੋਕਾਂ ਦੇ ਸਮਝਾਉਣ ਤੇ ਮਲੂਕਾ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਗਿਆ। ਪਾਤਸ਼ਾਹ ਨੇ ਚੌਧਰੀ ਮਲੂਕੇ ਨੂੰ ਸੁਖ-ਸਾਂਤ ਪੁੱਛੀ। ਤਾਂ ਮਲੂਕੇ ਨੇ ਕਿਹਾ, "ਹੇ ਸਤਿਗੁਰੂ ਜੀ, ਮੈਨੂੰ ਮਿਰਗੀ ਦਾ ਭਾਰਾ ਦੁੱਖ ਗਿਆ। ਕਿਰਪਾ ਕਰੋ, ਦਇਆ ਕਰਕੇ ਇਹ ਮਿਰਗੀ ਦਾ ਜੋ ਰੋਗ ਹੈ, ਮੇਰੇ ਤੋਂ ਦੂਰ ਕਰ ਦਿਓ।" ਮਲੂਕਾ, "ਤੂੰ ਸ਼ਰਾਬ ਛੱਡ ਦੇ। ਮਿਰਗੀ ਤੇਨੂੰ ਛੱਡ ਦੇਵੇਗੀ।" ਮਲੂਕੇ ਨੇ ਪਾਤਸ਼ਾਹ ਦੇ ਬਚਨ ਜੋ ਸੀ ਉਹ ਸੁਣ ਲਏ। ਅਤੇ ਸ਼ਰਾਬ ਨੇ ਛੱਡ ਦਿੱਤਾ ਦਿਨਾਂ ਵਿੱਚ ਮਲੂਕਾ ਨੌ ਬਰ ਨੌ ਹੋ ਗਿਆ ਗੁਰੂ ਸੰਗਤ ਦੀ ਨਿਤ ਸੇਵਾ ਕਰਨ ਲੱਗ ਗਿਆ ਜਦੋਂ ਕਈ ਸਾਲ ਲੰਘ ਗਏ ਇੱਕ ਦਿਨ ਖੰਡੂਰ ਦੇ ਜੋਗੀ ਨੇ ਮਲੂਕੇ ਨੂੰ ਕਿਹਾ ਮਲੂਕਿਆ ਤੂੰ ਇਲਾਕੇ ਦਾ ਚੌਧਰੀ ਹੈ ਖਾਣਾ ਪੀਣਾ ਤੁਹਾਡਾ ਹੱਕ ਹੈ ਇਸੇ ਸ਼ਰਾਬ ਪਿਓ ਤੇ ਮਾਸ ਖਾਓ ਕਮਜ਼ੋਰ ਦਿਲ ਮਲੂਕਾ ਜੋਗੀ ਦੀਆਂ ਗੱਲਾਂ ਵਿੱਚ ਆ ਗਿਆ ਮੁੜ ਸ਼ਰਾਬ ਪੀਣ ਲੱਗ ਗਿਆ ਕੁਝ ਦਿਨਾਂ ਬਾਅਦ ਸ਼ਰਾਬ ਦੇ ਨਸ਼ੇ ਵਿੱਚ ਘੁੰਮਣ ਕੇਰੀਆਂ ਖਾਂਦਾ ਕੋਠੇ ਤੋਂ ਥੱਲੇ ਡਿੱਗ ਪਿਆ ਤੇ ਆਕਾਲ ਚਲਾਣੇ ਕਰ ਗਿਆ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਚੌਧਰੀ ਮਲੂਕੇ ਦੇ ਆਕਾਲ ਚਲਾਣੇ ਦਾ ਪਤਾ ਲੱਗਾ ਸਾਰੀ ਸੰਗਤ ਨੂੰ ਅਲੂਨੀਆਂ ਦਾ ਪਾਠ ਕਰਨ ਲਈ ਕਿਹਾ ਇਸ ਦੇ ਨਾਲ ਸੰਗਤ ਨੂੰ ਉਪਦੇਸ਼ ਦਿੰਦਿਆਂ ਫਰਮਾਨ ਵੀ ਕਿਹਾ ਕਿ बार-बार ਉਹੀ ਕਰਮ ਕਰਦਿਆਂ ਇੱਕ ਸੁਭਾਅ ਬਣ ਜਾਂਦਾ ਹੈ ਚੰਗੀ ਸੰਗਤ ਸੁਭਾਅ ਨੂੰ ਮੋੜਾ ਪਾ ਦਿੰਦੀ ਕੁਸੰਗਤ ਮਾੜੀਆਂ ਆਤਾਂ ਨੂੰ ਮੁਰਝਾ ਗਾ ਦਿੰਦੀ ਹੈ ਮਾਣਮੁਖ ਨੂੰ ਗੁਰੂ ਦੀ ਸੰਗਤ ਵਿੱਚੋਂ ਵੀ ਫਲ ਪ੍ਰਾਪਤ ਨਹੀਂ ਹੁੰਦਾ ਪਰ ਇਸ ਦੇ ਉਲਟ ਗੁਰਮੁਖ ਨੂੰ ਸਭ ਖੁਸ਼ੀਆਂ ਗੁਰੂ ਦੀ ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦੀਆਂ ਨੇ ਮਾੜੇ ਕੰਮਾਂ ਨੂੰ ਕਦੀ ਵੀ ਆਪਣੇ ਅੰਗ ਸੰਗ ਨਾ ਆਉਣ ਦਿਓ ਜਦੋਂ ਆਪਾਂ ਇੱਕ ਵਾਰ ਕੋਈ ਵੀ ਮਾੜਾ ਕੰਮ ਕਰਦੇ ਆ ਉਹ ਹੌਲੀ-ਹੌਲੀ ਆਪਣਾ ਸੁਭਾਅ ਤੇ ਆਪਣੀ ਆਦਤ ਬਣ ਜਾਂਦੀ ਹੈ ਆਦਤ ਇੱਕ ਦਿਨਾਂ 'ਚ ਨਹੀਂ ਬਣਦੀ ਫਿਰ ਇਸ ਨੂੰ ਛਡਾਉਣਾ ਔਖਾ ਹੋ ਜਾਂਦਾ ਹੈ ਇਸ ਲਈ ਜੋ ਵੀ ਕਰੋ ਵਾਹਿਗੁਰੂ ਨੂੰ ਸਨਮੁਖ ਰੱਖ ਕੇ ਕਰੋ ਕਿ ਵਾਹਿਗੁਰੂ ਮੈਨੂੰ ਦੇਖ ਰਿਹਾ ਹੈ ਇਸ ਲਈ ਚੰਗੇ ਕਰਮ ਹੀ ਕਰੋ ਤਾਂ ਕਿ ਉਹਨਾਂ ਦਾ ਫਲ ਵੀ ਚੰਗਾ ਹੀ ਹੋਵੇ